ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਰੂਬਰੂ ਹੋਣ ਦਾ ਜਿਹੜਾ ਮੁੱਖ ਮਕਸਦ ਹੈ, ਪਿਛਲੇ ਦਿਨਾਂ ਦੇ ਵਿੱਚ ਜੋ ਦੇਸ਼ ਦੇ ਰਾਸ਼ਟਰਪਤੀ ਦੀ ਜਿਹੜੀ ਚੋਣ ਹੋਈ ਸੀ, ਉਸ ਦੇ ਵਿੱਚ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ, ਪੰਜਾਬ ਦੇ ਮਸਲਿਆਂ ਨੂੰ ਲੈ ਕੇ, ਪੰਜਾਬੀਆਂ ਦੇ ਮਸਲਿਆਂ ਨੂੰ ਲੈ ਕੇ, ਖਾਸ ਤੌਰ 'ਤੇ ਸਿੱਖ ਕੌਮ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਲੈ ਕੇ ਅਤੇ ਹਲਕੇ ਦਾਖੇ ਦੇ ਲੋਕਾਂ ਦੀ ਸਲਾਹ ਕਰਨ ਉਪਰੰਤ ਆਪਣੀ ਜ਼ਮੀਰ ਨਾਲ ਜੋ ਫੈਸਲਾ ਲਿਆ ਗਿਆ ਸੀ ਚੋਣ ਬਾਈਕਟ ਕਰਨ ਦਾ, ਉਸ ਤੋਂ ਬਾਅਦ ਜੋ ਉਹਦਾ ਸਾਨੂੰ ਲੋਕਾਂ ਵੱਲੋਂ ਸਮਰਥਨ ਮਿਲਿਆ, ਸਾਡੇ ਵਿਦੇਸ਼ਾਂ ਵਿੱਚ ਬੈਠੇ ਸਾਡੇ ਜਿੰਨੇ NRI ਭੈਣ ਭਰਾ ਨੇ, ਸਾਡੇ ਜਿੰਨੇ ਸਿੱਖ ਬੁੱਧੀਜੀਵੀ ਨੇ, ਸਿੱਖ ਪ੍ਰਚਾਰਕ ਨੇ, ਉਹਦੇ ਨਾਲ ਹੀ ਜਿੰਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ, ਈਵਨ ਲੇਖਕ, ਕਵੀ ਅਤੇ ਮੇਰੇ ਹਲਕੇ ਦੇ ਸਾਰੇ ਜਿਹੜੇ ਸਾਡੇ ਸਪੋਰਟਰ ਵਰਕਰ, ਅਤੇ ਇੱਥੋਂ ਤੱਕ ਕਿ ਜਿਹੜੇ ਵੋਟਰ ਨੇ, ਅਤੇ ਉਹਦੇ ਨਾਲ ਹੀ ਜਿਹੜੇ ਸਾਡੇ ਵਿਰੋਧੀ, ਕਿਸੇ ਟਾਈਮ ਹਲਕੇ 'ਚ ਵਿਚਰਦੇ ਹਾਂ, ਲੰਬਾ ਸਮਾਂ ਹੋ ਗਿਆ, ਕੁਝ ਛੋਟੀਆਂ ਮੋਟੀਆਂ ਗੁੱਸੇ ਹੋ ਜਾਂਦੇ ਨੇ, ਕਿਤੇ ਸਾਡੇ ਤੋਂ ਗਲਤੀ ਹੋ ਜਾਂਦੀ ਆ, ਕਿਸੇ ਦੂਸਰੇ ਤੋਂ ਹੋ ਜਾਂਦੀ ਆ, ਕੋਈ ਪਿੰਡ ਦੀ ਚੋਣ ਦਾ ਮੁੱਦਾ ਹੁੰਦਾ, ਜਾਂ ਛੋਟੇ ਮੋਟੇ ਮੁੱਦਿਆਂ ਨੂੰ ਲੈ ਕੇ ਕਈ ਵਾਰ ਕੁਛ ਨਾਰਾਜ਼ਗੀਆਂ ਕੁਛ ਸਾਡਿਆਂ ਨਾਲ, ਜਿਹੜੇ ਸਾਡੇ ਬੜੇ ਨੇੜੇ ਰਹੇ ਅਤੇ ਅੱਜ ਕਿਤੇ ਉਹ ਸਾਡੇ ਨਾਲ ਨਹੀਂ ਹੈਗੇ, ਉਹਨਾਂ ਦੇ ਵੀ ਸਾਨੂੰ ਕਈਆਂ ਨੇ ਸਟੇਟਮੈਂਟਾਂ ਦਿੱਤੀਆਂ ਨੇ, ਅਤੇ ਕਈਆਂ ਨੇ ਫੋਨ ਕਰਕੇ ਇਸ ਫੈਸਲੇ ਦਾ ਸਵਾਗਤ ਵੀ ਕੀਤਾ, ਅਤੇ ਆਉਣ ਵਾਲੇ ਸਮੇਂ 'ਚ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸਾਥ ਦੇਣ ਦਾ ਵੀ ਜਿਹੜਾ ਉਹਨਾਂ ਨੇ ਸਾਨੂੰ ਵਿਸ਼ਵਾਸ ਜਿਤਾਇਆ। ਇਸ ਲਈ ਮੈਂ ਉਹਨਾਂ ਸਾਰਿਆਂ ਦਾ ਹੀ ਸਾਰਿਆਂ ਦਾ ਧੰਨਵਾਦ ਕਰਦਾ, ਅਤੇ ਮੈਂ ਇਸ ਗੱਲ ਦੀ ਕਈ ਵਾਰ ਸਾਤੋਂ ਗੱਲ ਕੰਮ ਕਰਦਿਆਂ ਤੋਂ ਕਈ ਵਾਰ ਕਿਸੇ ਦਾ ਕੋਈ ਮਨ ਦੁਖਾਇਆ ਗਿਆ ਹੋਵੇ, ਕੋਈ ਕਿਸੇ 'ਤੇ ਗਲਤ ਕੋਈ ਫੈਸਲਾ ਲਿਆ ਗਿਆ ਹੋਵੇ, ਉਸ ਗੱਲ ਦੀ ਮੈਂ ਮਾਫ਼ੀ ਵੀ ਚਾਹੁੰਦਾ, ਕਿਉਂਕਿ ਰਾਜਨੀਤੀ 'ਚ ਕਾਫ਼ੀ ਸਮੇਂ ਤੋਂ ਹਾਂ, ਸ਼੍ਰੋਮਣੀ ਅਕਾਲੀ ਦਲ 'ਚ ਕੰਮ ਕਰਦੇ ਹਾਂ, ਅਤੇ ਇੱਕ ਏਜੰਡਾ ਤਾਂ ਪਹਿਲੇ ਦਿਨ ਤੋਂ ਹੀ ਨਿਸ਼ਕਾਮ ਸੀਗਾ ਕਿ ਰਾਜਨੀਤੀ ਦੇ ਵਿੱਚ ਲੋਕਾਂ ਦੇ ਭਲੇ ਲਈ ਆਏ ਸੀਗੇ, ਲੇਕਿਨ ਕਿਤੇ ਨਾ ਕਿਤੇ ਜਦੋਂ ਤੁਸੀਂ ਸ਼ੁਰੂਆਤ ਹੁੰਦੀ ਆ ਕਰਦੇ ਹੋ, ਸ਼ੁਰੂਆਤ ਦੇ ਵਿੱਚ ਕੁਛ ਤੁਹਾਡੀ ਉਮਰ ਵੀ ਉੱਦਾਂ ਦੀ ਹੁੰਦੀ ਆ, ਕਈ ਵਾਰ ਕੋਈ ਫੈਸਲੇ ਲਏ ਜਾਂਦੇ ਆ ਜਾਂ ਤੁਹਾਨੂੰ ਲੱਗਦਾ ਵੀ ਸ਼ਾਇਦ ਤੁਸੀਂ ਚੌਧਰਲੀ ਰਾਜਨੀਤੀ 'ਚ ਆਏ ਹੋ, ਲੇਕਿਨ ਜਦੋਂ ਸਮੇਂ ਦੇ ਨਾਲ ਤੁਸੀਂ ਬੁੱਧੀਜੀਵੀ ਵਰਗ ਨੂੰ ਮਿਲਦੇ ਹੋ, ਉਹਨਾਂ ਲੋਕਾਂ ਨੂੰ ਮਿਲਦੇ ਹੋ, ਮਹਾਂਪੁਰਸ਼ਾਂ ਨੂੰ ਮਿਲਦੇ ਹੋ, ਅਤੇ ਜਦੋਂ ਗੁਰੂ ਦੇ ਲੜ ਲੱਗ ਜਾਂਦੇ ਆ, ਫਿਰ ਸਮੇਂ ਨਾਲ ਕੋਈ ਤਬਦੀਲੀਆਂ ਵੀ ਆ ਜਾਂਦੀਆਂ ਨੇ। ਸੋ ਅੱਜ ਮੈਂ ਸਮਝਦਾ ਕਿ ਅੱਜ ਸੋਚ 'ਚ ਵੱਡੀ ਤਬਦੀਲੀ ਆਈ ਹੋਈ ਆ ਕਿ ਹੁਣ 3 ਵਾਰ ਜੇ MLA ਬਣ ਗਏ, ਅਤੇ ਜੇ 3 ਵਾਰ ਬਣ ਕੇ ਵੀ ਅਸੀਂ ਉਸ ਤਰ੍ਹਾਂ ਦੇ ਕੰਮ, ਠੀਕ ਆ, ਪਿਛਲੇ ਟਾਈਮ ਦੇ ਵਿੱਚ ਵੀ ਬੜੇ ਡਿਵੈਲਪਮੈਂਟ ਦੇ ਕੰਮ ਕੀਤੇ, ਪਰਮਾਤਮਾ ਨੇ ਇਹੋ ਜਿਹੇ ਕੰਮ ਕਰਵਾਏ, ਅਤੇ ਜਿਹੜੇ ਸ਼ਾਇਦ ਕਿਸੇ ਹੋਰ ਹਲਕੇ 'ਚ ਨਾ ਹੋਏ ਹੋਣ, ਅਤੇ ਲੇਕਿਨ 3 ਵਾਰ ਬਣ ਕੇ ਵੀ ਜੇ ਅਸੀਂ ਹੋਰ ਵੀ ਵਧੀਆ ਕੰਮ ਨਾ ਕਰ ਸਕੇ ਤਾਂ ਮੇਰਾ 4 ਵਾਰ ਬਣ ਕੇ ਬਹੁਤ ਫਰਕ ਨਹੀਂ ਪੈਣਾ। ਸੋ ਇਸ ਲਈ ਹੁਣ ਜਿਹੜਾ ਏਜੰਡਾ ਹੈਗਾ ਬਿਲਕੁਲ ਨਿਸ਼ਕਾਮ ਹੈਗਾ ਵਾ, ਵੀ ਲੋਕਾਂ ਦਾ ਭਲਾ ਹੈਗਾ। ਪਿਛਲੇ ਸਮੇਂ ਦੇ ਵਿੱਚ ਜਦੋਂ ਦਾ ਸੋਸ਼ਲ ਮੀਡੀਆ ਆਇਆ, ਅਸੀਂ ਦੇਖਿਆ ਕਿ ਬੜਾ ਪ੍ਰਚਾਰ ਹੋਇਆ, ਸੱਚਾ ਝੂਠਾ, ਅਤੇ ਉਦੋਂ ਇੱਕ ਜਿਹੜੇ ਲੀਡਰ ਨੇ, ਚਾਹੇ ਉਹ ਕਿਸੇ ਵੀ ਪਾਰਟੀ ਦੇ ਵਿੱਚ ਨੇ, ਮੈਂ ਕਹਿੰਦਾ ਵੀ ਹਰ ਪਾਰਟੀ ਦੇ ਵਿੱਚ ਚੰਗੇ ਬੰਦੇ ਵੀ ਹੈਗੇ ਨੇ, ਕੁਛ ਮਾੜੇ ਵੀ ਹੋਣਗੇ, ਲੇਕਿਨ ਕਈ ਵਾਰ ਅਸੀਂ ਸਾਰਿਆਂ ਨੂੰ ਇੱਕੋ ਹੀ ਰੱਸੇ ਬੰਨ੍ਹ ਦਿੰਦੇ ਹਾਂ ਕਿ ਸਾਰੇ ਲੀਡਰ ਚੋਰ ਨੇ ਜੀ, ਜੇ ਨੇ ਵੋ ਨੇ, ਕਰਪਟ ਨੇ ਜੀ। ਸੋ ਉਸ ਸਮੇਂ ਦੇ ਵਿੱਚ, ਕਿਉਂਕਿ ਰਾਜਨੀਤੀ 'ਚ ਆਉਣ ਦਾ ਮਕਸਦ ਤਾਂ ਇਹ ਸੀ ਵੀ ਤੁਹਾਡਾ ਮਾਣ ਸਨਮਾਨ ਵਧੇ, ਅਤੇ ਲੇਕਿਨ ਜਦੋਂ ਇੱਦਾਂ ਦੀਆਂ ਗੱਲਾਂ ਆਈਆਂ ਤਾਂ ਕਈ ਵਾਰ ਮਨ 'ਚ ਆਇਆ ਕਿ ਕਿਉਂ ਨਾ ਇਸ ਰਾਜਨੀਤੀ ਤੋਂ ਲਾਂਭੇ ਹੋ ਕੇ, ਜੇ ਆਪਾਂ ਸੇਵਾ ਹੀ ਕਰਨੀ ਆ ਤਾਂ ਇੱਕ ਵੈਸੇ ਹੀ ਕੋਈ ਸੰਸਥਾ ਬਣਾ ਕੇ, ਟਰੱਸਟ ਬਣਾ ਕੇ, NGO ਬਣਾ ਕੇ ਲੋਕਾਂ ਦੀ ਸੇਵਾ ਕੀਤੀ ਜਾਵੇ, ਲੇਕਿਨ ਜਦੋਂ ਤੁਸੀਂ ਇਸ ਲਾਈਨ 'ਚ ਆ ਜਾਂਦੇ ਹੋ ਆਪਣੀ ਮਰਜ਼ੀ ਨਾਲ, ਤੁਸੀਂ ਬਾਹਰ ਨਹੀਂ ਹੋ ਸਕਦੇ, ਕਿਉਂਕਿ ਕਈ ਵਾਰ ਹਾਲਾਤ ਇੱਦਾਂ ਦੇ ਬਣ ਜਾਂਦੇ ਨੇ। ਪਿਛਲੇ ਟਾਈਮ ਦੇ ਵਿੱਚ ਮੇਰਾ ਮਨ ਸੀਗਾ ਕਿ ਮੈਂ ਰਾਜ ਦੇ ਲਾਂਭੇ ਹੋਵਾਂ, ਤਾਂ ਫਿਰ ਜ਼ਿਮਨੀ ਚੋਣ ਆ ਗਈ, ਉਹ ਜ਼ਿਮਨੀ ਚੋਣ ਸਰਕਾਰ ਨਾਲ ਲੜਾਈ ਸੀਗੀ, ਅਤੇ ਫਿਰ ਮੈਦਾਨ ਛੱਡ ਕੇ ਭੱਜਿਆ ਨਹੀਂ ਜਾ ਸਕਦਾ ਸੀਗਾ, ਤਾਂ ਉਸ ਪਰਮਾਤਮਾ ਦਾ ਵੋਟ ਆਸਰਾ ਲੈ ਕੇ ਮੈਦਾਨ 'ਚ ਡਟੇ, ਅਤੇ ਗੁਰੂ ਦੀ ਮਿਹਰ ਹੋਈ ਅਤੇ ਲੋਕਾਂ ਦਾ ਸਾਥ ਮਿਲਿਆ, ਬੜੀ ਧੱਕੇਸ਼ਾਹੀਆਂ ਦੇ ਬਾਵਜੂਦ ਕਾਮਯਾਬੀ ਹਾਸਲ ਹੋਈ। ਅਤੇ ਉਸ ਤੋਂ ਬਾਅਦ ਮੇਰੇ ਮਨ 'ਚ ਫਿਰ ਆਇਆ ਕਿ ਹੁਣ ਇੱਕ ਸਟੇਟਮੈਂਟ ਦੇ ਕੇ ਆਉਣ ਵਾਲੇ ਸਮੇਂ ਦੇ ਵਿੱਚ ਨਿਸ਼ਕਾਮ ਲੋਕਾਂ ਦੀ ਸੇਵਾ ਕਰੀਏ, ਠੀਕ ਆ, 2 ਵਾਰ MLA ਬਣ ਗਏ, ਅਤੇ ਜਦੋਂ ਮਕਸਦ ਹੀ ਲੋਕਾਂ ਦੀ ਸੇਵਾ ਤਾਂ ਕਿਸੇ ਤੋਂ ਕਿਉਂ ਕਹਾਈਏ, ਅਤੇ ਆਉਣ ਵਾਲੇ ਸਮੇਂ 'ਚ ਚੋਣ ਨਾ ਲੜ ਕੇ ਲੋਕਾਂ ਦੀ ਸੇਵਾ ਕਰੀਏ। ਲੇਕਿਨ ਦੂਜੇ ਪਾਸੇ ਜਿਹੜੇ ਚੋਣ ਹਾਰੇ ਸੀਗੇ ਉਹਨਾਂ ਨੇ ਮਨ ਬਣਾ ਲਿਆ ਵੀ ਧੱਕੇ ਨਾਲ ਵਰਕਰਾਂ ਅਤੇ ਪਰਚੇ ਦੇ ਕੇ, ਉਹਨਾਂ ਨੂੰ ਡਰਾ ਕੇ, ਧਮਕਾ ਕੇ ਅਸੀਂ ਅਗਲੀ ਚੋਣ ਜਿੱਤਣੀ ਆ। ਤਾਂ ਫਿਰ ਮੇਰੇ ਮਨ ਦੇ ਵਿੱਚ ਆਇਆ ਕਿ ਜੇ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਲੋਕਾਂ ਦਾ ਸਾਥ ਛੱਡਿਆ ਅਤੇ ਜਿਨ੍ਹਾਂ ਨੇ ਸਰਕਾਰ ਦੇ ਵਿਰੁੱਧ ਲੜਾਈ ਸਾਡਾ ਸਾਥ ਦਿੱਤਾ, ਤਾਂ ਫਿਰ ਲੋਕ ਕਹਿਣਗੇ ਜੀ ਮੈਦਾਨ ਛੱਡ ਗਿਆ, ਡਰ ਗਿਆ, ਪਤਾ ਨਹੀਂ। ਤਾਂ ਫਿਰ ਫੈਸਲਾ ਲਿਆ ਵੀ ਨਹੀਂ, 2022 ਵਾਲੀ ਚੋਣ ਤਕੜੇ ਹੋ ਕੇ ਲੜੀਏ।
ਅਤੇ ਫਿਰ ਉਹ ਚੋਣ ਲੜੀ, ਲੋਕਾਂ ਦਾ ਸਾਥ, ਪਰਮਾਤਮਾ ਦੀ ਮਿਹਰ, ਗੁਰੂ ਦੀ ਮਿਹਰ ਹੋਈ, ਫਿਰ ਕਾਮਯਾਬੀ ਹਾਸਲ ਹੋਈ। ਅਤੇ ਉਹ ਜਦੋਂ ਰਿਜ਼ਲਟ ਆਇਆ, ਸ਼੍ਰੋਮਣੀ ਅਕਾਲੀ ਦਲ ਸਾਡੀ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਆ, ਖੇਤਰੀ ਪਾਰਟੀ ਆ ਪੰਜਾਬ ਦੀ, ਉਹਦੇ ਵਿੱਚ ਦਾਸ ਨੂੰ ਇਕੱਲਾ ਮੌਕਾ ਮਿਲਿਆ ਇੱਕ ਦਸਤਾਰਧਾਰੀ ਸਿੱਖ ਹੋ ਕੇ ਵਿਧਾਨ ਸਭਾ ਜਾਣ ਦਾ, ਤਾਂ ਮੇਰੇ ਮਨ ਦੇ ਵਿੱਚ ਜ਼ਰੂਰ ਆਇਆ ਵੀ ਕਿਉਂ ਨਾ ਇਸ ਸੰਸਥਾ ਨੂੰ ਮਜ਼ਬੂਤ ਕਰਨ ਦੇ ਲਈ ਨਿਸ਼ਕਾਮ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਕੀਤੀ ਜਾਵੇ, ਲੜਾਈ ਲੜੀ ਜਾਵੇ। ਸੋ ਪਿਛਲੇ ਸਮੇਂ 'ਚ ਇੱਕ ਕਮੇਟੀ ਬਣਾਈ ਗਈ ਝੂੰਦਾ ਸਾਹਿਬ ਦੀ ਅਗਵਾਈ ਦੇ ਵਿੱਚ, ਉਹ 100 ਹਲਕਿਆਂ ਦੇ ਵਿੱਚ ਕਮੇਟੀ ਗਈ, ਜੋ ਸਾਨੂੰ ਵਰਕਰਾਂ ਨੇ ਫੀਡਬੈਕ ਦਿੱਤਾ, ਉਹ ਬਹੁਤ ਗੱਲਾਂ ਉਹਦੇ 'ਚ ਦਰਜ ਕੀਤੀਆਂ ਗਈਆਂ ਰਿਪੋਰਟ ਦੇ ਵਿੱਚ, ਕੁਛ ਰਹਿੰਦੀਆਂ ਵੀ ਹੋਣਗੀਆਂ, ਨਹੀਂ ਵੀ ਕੀਤੀਆਂ ਗਈਆਂ, ਲੇਕਿਨ ਮੈਂ ਜਾ ਕੇ ਪ੍ਰਧਾਨ ਜੀ ਨਾਲ ਉਹਦੇ ਬਾਰੇ ਗੱਲ ਕੀਤੀ, ਉਹਨਾਂ ਨੂੰ ਸੁਝਾਅ ਦਿੱਤੇ ਕਿ ਇਸ ਢੰਗ ਦੇ ਨਾਲ ਵਰਕਰਾਂ ਦੀ ਆਵਾਜ਼ ਆ ਅਤੇ ਆਪਾਂ ਇਹਨਾਂ ਇਸ ਢੰਗ ਨਾਲ ਫੈਸਲੇ ਲਈਏ ਅਤੇ ਪਾਰਟੀ ਮਜ਼ਬੂਤ ਹੋਵੇ। ਠੀਕ ਆ, ਉਹਦੇ 'ਤੇ ਜੇ ਅਮਲ ਹੋ ਜਾਵੇ ਉਹ ਜਿਹੜੇ ਸੁਝਾਅ ਨੇ, ਕਿਉਂਕਿ ਅੱਜ ਵੀ ਆ ਜਿਹੜਾ ਰਾਸ਼ਟਰਪਤੀ ਚੋਣ ਬਾਈਕਾਟ ਕੀਤਾ ਗਿਆ, ਉਸ ਤੋਂ ਉਹ ਜੋ ਸਟੈਂਡ ਲਿਆ ਗਿਆ ਉਹ 'ਤੇ ਮੈਂ ਅੱਜ ਵੀ ਕਾਇਮ ਹਾਂ ਪੂਰਾ, ਅਤੇ ਉਹਦੇ ਅੱਜ ਵੀ ਸਾਡੀਆਂ ਮੀਟਿੰਗਾਂ ਹੋ ਰਹੀਆਂ ਨੇ, ਪ੍ਰਧਾਨ ਜੀ ਨਾਲ ਮੀਟਿੰਗ ਵੀ ਹੋਈ ਆ, ਕਿਉਂਕਿ ਨਿੱਜੀ ਤਾਂ ਕੋਈ ਏਜੰਡਾ ਹੀ ਹੈ ਨਹੀਂ, ਨਾ ਨਿੱਜੀ ਕੋਈ ਰੌਲਾ ਵਾ, ਨਾ ਕੋਈ ਅਹੁਦੇ ਦਾ ਮਸਲਾ ਵਾ, ਮੇਰੇ ਕੋਲ ਤਾਂ ਆਲਰੇਡੀ MLA ਆ, ਵਿਧਾਨ ਸਭਾ ਦੇ ਵਿੱਚ ਪਾਰਟੀ ਦੀ ਲੀਡਰ ਹੈਗਾ। ਸੋ ਮਸਲਾ ਤਾਂ ਇੱਕੋ ਇੱਕ ਏਜੰਡਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਕਿੱਦਾਂ ਮਜ਼ਬੂਤ ਕਰੀਏ। ਇਹ ਪਾਰਟੀ ਕਿਉਂਕਿ ਖੇਤਰੀ ਪਾਰਟੀ ਆ, ਪੰਜਾਬ ਦੇ ਹੱਕਾਂ ਲਈ ਇਹ ਪਾਰਟੀ ਬਹੁਤ ਵਧੀਆ ਢੰਗ ਨਾਲ ਲੜ ਸਕਦੀ ਆ, ਦੂਜੀਆਂ ਪਾਰਟੀਆਂ ਦੇ ਇੰਟਰਸਟ ਨੇ ਜਿਹੜੇ ਉਹਨਾਂ ਦੇ ਦੂਜੇ ਸੂਬਿਆਂ ਪ੍ਰਤੀ ਵੀ ਨੇ, ਉਹ ਦਿੱਲੀ ਤੋਂ ਪਾਰਟੀਆਂ ਚੱਲਦੀਆਂ ਨੇ, ਲੇਕਿਨ ਇਹ ਪਾਰਟੀ ਆ ਜਿਹੜੀ ਇਹ ਪੰਜਾਬ ਤੋਂ ਚੱਲਣ ਵਾਲੀ ਪਾਰਟੀ ਆ। ਸੋ ਇਸ ਲਈ ਕਿਵੇਂ ਨਾ ਕਿਵੇਂ, ਕਈ ਵਾਰ ਬੜੀਆਂ ਅਫਵਾਹਾਂ ਹੁੰਦੀਆਂ ਵੀ ਸ਼ਾਇਦ ਪਤਾ ਨਹੀਂ ਮੈਂ ਕਿਸੇ ਹੋਰ ਪਾਰਟੀ ਜਾਣਾ ਚਾਹੁੰਦਾ ਜਾਂ ਮੈਨੂੰ ਕੋਈ ਲਾਲਚ ਆ, ਸੋ ਬੜੀ ਪਰਮਾਤਮਾ ਦੀ ਮਿਹਰ ਆ। ਸੋ ਏਜੰਡਾ ਸਿਰਫ ਸਾਫ਼ ਹੈਗਾ ਕਿ ਇਸ ਪਾਰਟੀ ਦੀ ਮਜ਼ਬੂਤੀ, ਨਿਸ਼ਕਾਮ ਲੋਕਾਂ ਦੀ ਜਿਹੜੀ ਸੇਵਾ ਹੈਗੀ ਉਹ ਕਰਨੀ ਆ, ਅਤੇ ਹਰ ਇੱਕ ਦਾ ਬਿਨਾਂ ਕਿਸੇ ਭੇਦਭਾਵ ਤੋਂ, ਚਾਹੇ ਕਿਸੇ ਨੇ ਪਿਛਲੇ ਸਮੇਂ 'ਚ ਸਾਡਾ ਸਾਥ ਦਿੱਤਾ ਚਾਹੇ ਨਹੀਂ ਦਿੱਤਾ, ਇਹ ਨਹੀਂ ਕਿ ਵੋਟਾਂ ਜਿਨ੍ਹਾਂ ਨੇ ਪਾਈਆਂ। ਸੋ ਹਰ ਇੱਕ ਦੀ, ਹਰ ਇੱਕ ਨੂੰ ਇਨਸਾਫ਼ ਦੇਣਾ ਸਾਡੀ ਜ਼ਿੰਮੇਵਾਰੀ ਆ। ਸੋ ਪੂਰੀ ਨਿਸ਼ਕਾਮ ਹੋ ਕੇ ਆਉਣ ਵਾਲੇ ਸਮੇਂ 'ਚ ਕੰਮ ਕਰਾਂਗੇ, ਪਰਮਾਤਮਾ ਮਿਹਰ ਕਰੇ, ਤਕੜੇ ਹੋ ਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਸੇਵਾ ਦੇ ਵਿੱਚ, ਲੋਕਾਂ ਦੇ ਭਲੇ ਦੇ ਵਿੱਚ ਅਤੇ ਸ਼੍ਰੋਮਣੀ ਅਕਾਲੀ ਦੀ ਮਜ਼ਬੂਤੀ ਦੇ ਲਈ ਜਿੰਨਾ ਵੀ ਹੋ ਸਕਦਾ ਵੱਧ ਚੜ੍ਹ ਕੇ ਅਸੀਂ ਕੰਮ ਕਰੀਏ। ਸੋ ਸਾਰਿਆਂ ਦੇ ਧੰਨਵਾਦ, ਤੁਸੀਂ ਬੜਾ ਸਹਿਯੋਗ ਦਿੱਤਾ, ਮੀਡੀਆ ਨੇ ਬੜਾ ਸਹਿਯੋਗ ਦਿੱਤਾ। ਸੋ ਕਿਸੇ ਦੇ ਨਾਲ ਵੀ ਕੋਈ ਜਾਤੀ ਵਿਰੋਧ ਨਹੀਂ, ਕਿਸੇ ਦਾ ਕੋਈ ਰੌਲਾ ਨਹੀਂ, ਕਿਸੇ ਦਾ ਮਾੜਾ ਕਰਨਾ ਕਿ ਸੋਚਣਾ ਵੀ ਮੈਂ ਸਮਝਦਾ ਕਿ ਬੜੀ ਦੂਰ ਦੀ ਗੱਲ ਆ, ਸੋਚਿਆ ਵੀ ਨਹੀਂ ਜਾ ਸਕਦਾ। ਸੋ ਇਸ ਲਈ ਇੱਕ ਨਵੀਂ ਸ਼ੁਰੂਆਤ ਰਾਜਨੀਤੀ ਦੇ ਵਿੱਚ ਆਪਾਂ ਇੱਕ ਪੋਜ਼ਿਟਿਵ ਸੋਚ ਲੈ ਕੇ ਚੱਲੀਏ, ਕਿਉਂਕਿ ਰਾਜਨੀਤੀ ਸਾਰਿਆਂ ਦਾ ਹੀ ਏਜੰਡਾ ਤਕਰੀਬਨ ਭਲਾ ਹੁੰਦਾ, ਲੋਕਾਂ ਦਾ ਭਲਾ, ਸਮਾਜ ਦਾ ਭਲਾ, ਪੰਜਾਬ ਦਾ ਭਲਾ। ਸੋ ਇਹਦੇ ਵਿੱਚ ਆਪਾਂ ਜਿਹੜੀਆਂ ਪਿਛਲੇ ਸਮੇਂ 'ਚ ਨਿੱਜੀ ਤੌਰ 'ਤੇ ਬੜੀਆਂ ਦੂਸ਼ਣਬਾਜ਼ੀਆਂ ਹੋਈਆਂ ਨੇ, ਉਹਨਾਂ ਤੋਂ ਉੱਪਰ ਉੱਠ ਕੇ ਅਸੀਂ ਪੰਜਾਬ ਦੇ ਭਲੇ ਦੀ ਗੱਲ, ਜੇ ਕੋਈ ਵੀ ਕਰਦਾ, ਸਾਡਾ ਵਿਰੋਧੀ ਵੀ ਕਰਦਾ, ਕੋਈ ਚੰਗੀ ਗੱਲ ਕਰਦਾ, ਉਹਦੇ 'ਚ ਅਸੀਂ ਉਹਨਾਂ ਦਾ ਸਾਥ ਦਈਏ, ਕੋਈ ਸਰਕਾਰ ਚੰਗਾ ਫੈਸਲਾ ਲੈਂਦੀ ਆ ਉੱਥੇ ਉਹਨਾਂ ਦਾ ਸਮਰਥਨ ਕਰੀਏ, ਜਿੱਥੇ ਕੋਈ ਗਲਤੀ ਆ ਉਸ ਗੱਲ ਨੂੰ ਉਜਾਗਰ ਕਰੀਏ, ਤਾਂ ਜੋ ਇੱਕ ਚੰਗੇ ਸਮਾਜ ਦੀ ਅਸੀਂ ਸਿਰਜਣਾ ਕਰ ਸਕੀਏ, ਇੱਕ ਚੰਗਾ ਜਿਹੜਾ ਅਸੀਂ ਪ੍ਰਸ਼ਾਸਨ ਹੈਗਾ ਉਹ ਲੋਕਾਂ ਨੂੰ ਮੁਹੱਈਆ ਕਰਾ ਸਕੀਏ। ਸੋ ਇਹਦੇ ਲਈ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨ ਦੀ ਲੋੜ ਆ। ਸੋ ਸਾਰਿਆਂ ਦੇ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।